ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਨਕੇਲ ਪਾਉਣ ਲਈ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦਿਆਂ ਮੋਗਾ ਜ਼ਿਲ੍ਹੇ ਵਿੱਚ ਨਸ਼ੇ ਦੀ ਵੱਧ ਰਹੀ ਵਿਕਰੀ ਨੂੰ ਵੇਖਦੇ ਹੋਏ ਮੋਗਾ ਪੁਲਿਸ ਨੇ ਭਾਰੀ ਪੁਲਿਸ ਬਲ ਦੇ ਨਾਲ ਮੋਗਾ ਸ਼ਹਿਰ ਦੇ ਇੰਦਰਾ ਕਲੋਨੀ ਅਤੇ ਰੇਗਰ ਬਸਤੀ ਵਿੱਚ ਕਰੀਬ 100 ਘਰਾਂ ਤੇ ਛਾਪੇਮਾਰੀ ਕੀਤੀ ਜ਼ਿਕਰਯੋਗ ਹੈ ਕਿ ਮੋਗਾ ਜ਼ਿਲ੍ਹੇ ਵਿੱਚ ਨਸ਼ਾ ਵਿਕਰੀ ਦੀ ਪੁਲਿਸ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਸੀ ਜਿੱਥੇ ਚੱਲਦਿਆਂ ਇਹ ਛਾਪੇਮਾਰੀ ਕੀਤੀ ਗਈ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਘੱਟੋ ਘੱਟ 20 ਘਰਾਂ ਦੇ ਵਿੱਚ ਅਸੀਂ ਸਰਚ ਕੀਤੀ ਹੋਈ ਆ ਜਿਹੜੇ ਨਸ਼ਾ ਤਸਕਰ ਹੈਗੇ ਆ ਲੇਕਿਨ ਉਹ ਆਪਣੇ ਘਰਾਂ ਤੋਂ ਭੱਜੇ ਹੋਏ ਆ ਕੋਈ ਘਰ ਤੋਂ ਪਤਾ ਲੱਗਦਾ ਕੋਈ ਮਾਤਾ ਤੇ ਗਿਆ ਆ ਕੋਈ ਕਿਤੇ ਗਿਆ ਸਾਨੂੰ ਸ਼ੋਰ ਆ ਕਿ ਇਹ ਹੁਣ ਪੁਲਿਸ ਦੇ ਦਬਾਅ 'ਚ ਆ ਇੱਥੇ ਡਰੇ ਕੇ ਭੱਜੇ ਹੋਏ ਆ ਕਿੰਨੀ ਪੁਲਿਸ ਫੋਰਸ ਲੈ ਕੇ ਨਾਲ ਪਹੁੰਚੋਗੇ ਠੀਕ ਹੈ ਬਰੋ ਤੁਸੀਂ ਜੇ ਕਿ ਸਾਡੇ ਕੋਲ 100 ਬੰਦਾ ਹੈਗਾ ਅਤੇ ਕਿਹੜੇ ਕਿਹੜੀ ਜਗ੍ਹਾ 'ਤੇ ਸਰਚ ਕੀਤੀ ਹੈ ਅਸੀਂ ਸਾਰੇ ਜਿਹੜੇ ਤਸਕਰ ਹੈਗੇ ਉਹਨਾਂ ਦੇ ਘਰਾਂ ਦੀ ਸਰਚ ਕੀਤੀ ਹੈ ਕਿਹੜੇ ਕਿਹੜੇ ਮਹੱਲਿਆਂ ਦੇ ਵਿੱਚ ਜੀ ਆਪਣਾ ਇੰਦਰਾ ਕਲੋਨੀ ਹੋਰ ਇਸ ਤੋਂ ਇਲਾਵਾ ਬਸ ਇੰਦਰਾ ਕਲੋਨੀ ਦੀ ਸਰਚ ਕੀਤੀ ਕੁਛ ਮਿਲਿਆ ਜੀ ਇੱਥੋਂ ਨਹੀਂ ਮਿਲਿਆ ਕੁਛ ਨਹੀਂ ਅੱਜ ਇੱਥੇ ਜਿਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਰੋਜ਼ ਸਾਡੀਆਂ ਰੇਡਾਂ ਚੱਲਦੀਆਂ ਨੇ ਹਰ ਏਰੀਏ ਦੀ ਸਰਚ ਕੀਤੀ ਜਾ ਰਹੀ ਹੈ ਅੱਜ ਸਵੇਰੇ ਅਸੀਂ ਕਰੀਬ ਮੈਂ 80 ਦੇ ਨੇੜੇ ਜਵਾਨ ਲੈ ਕੇ ਸਾਡੇ ਥਾਣੇ ਚਾਰੇ ਥਾਣੇ ਦੇ SHO ਅਤੇ ARP ਇੱਥੇ ਇੰਦਰਾ ਬਸਤੀ ਹੈਗੀ ਹੈ ਉਹਦੀ ਸਾਰੇ ਏਰੀਏ ਦੀ ਸਰਚ ਕੀਤੀ ਹੈ ਇਹਦੇ ਨਾਲ ਸਾਨੂੰ ਕੁਛ ਕਾਫੀ ਲੋਕਾਂ 'ਤੇ ਸ਼ੱਕ ਸੀਗਾ ਪਰ ਸਾਨੂੰ ਸਰਚ ਕਰਨ ਦੇ ਕਾਰਨ ਅਜੇ ਤੱਕ ਕੋਈ ਪ੍ਰਾਪਤੀ ਨਹੀਂ ਹੋਈ ਪਰ ਸਾਡੀ ਸਰਚ ਅਜੇ ਜਾਰੀ ਹੈ ਸਾਨੂੰ ਉਮੀਦ ਹੈ ਵੀ ਜਲਦੀ ਜਿਹੜੇ ਅਸੀਂ ਮਾੜੇ ਅਨਸਰ ਨੇ ਜਿਹੜੇ ਇੱਥੇ ਨਸ਼ੇ ਦਾ ਧੰਦਾ ਕਰਦੇ ਆ ਉਹਨਾਂ ਨੂੰ ਅਸੀਂ ਨਕੇਲ ਪਾਵਾਂਗੇ।